ਕਿੰਨੇ ਦਿਨਾਂ ਨੂੰ ਪਹੁੰਚ ਗਏ? 55 ਦਿਨਾਂ ਦਾ ਅਪਡਾਊਨ ਹੈ। ਅਪਡਾਊਨ ਜਾ ਕੇ ਕਿੰਨੇ ਦਿਨ ਦੇ ਰਹੇ ਸੀ? ਉਹ ਤਾਂ ਚਾਰ ਤੋਂ ਮੇਰੇ ਕੋਲ ਹੈ, ਮੈਨੂੰ ਚਾਰ ਤੋਂ ਮਤਲਬ ਹੈ। ਹਾਂ ਚਾਰ ਨੂੰ ਵਾਪਸੀ ਕਿੰਨਾ ਕਰੋ? ਮਤਲਬ ਮੋੜ ਤੇ ਦੇਖ ਕੇ ਜਾਣਾ? ਨਹੀਂ ਅਸੀਂ ਗੱਲ ਤੇ ਕਿਤੇ ਨਹੀਂ, ਅਸੀਂ ਜਾਉਣੇ ਕਿਤੇ। ਅੱਛਾ ਮੋੜ ਤੋਂ ਹੋ ਜਾਣਾ ਹੋਵੇ, ਇੱਕ ਤੇ ਇੱਕ ਜਾਣਾ ਸੀ। ਅਸੀਂ ਜਾਉਣੇ ਕਿਤੇ, ਉਹ ਜਿਹੜਾ ਸੀਗਾ ਉਹ ਤੇ ਉਹ ਨਹੀਂ ਜਾ ਰਿਹਾ ਹੋਗਾ। ਹਾਂ ਹਾਂ ਵੇ ਸਾਹਿਬ ਤੇ ਬਹੁਤ ਅੱਛੀ ਰਾਹ ਚੱਲ ਰਹੀ। किन्ने ग्रुप किन्ने जाने? नौ मतलब बुलट नौ सी जां दूजे बंदे नौ सी? बुलट बुलट ਜੀ ਇਹ ਤਾਂ ਫਿਰ ਮਤਲਬ ਜਿਸ ਤਰ੍ਹਾਂ ਮੈਂ ਚਲਾਉਣਾ 300-400 ਕਿਲੋਮੀਟਰ ਚਲਾ ਲੈਣਾ ਤੇ ਬੈਠਣਾ। ਇੱਕ ਦਿਨ ਚ ਕਿੰਨਾ ਕ ਕੱਢ ਦਿੰਦੇ ਹੈ? ਇੱਕ ਦਿਨ ਚ ਪੜਦੇ ਆ 500 ਤੋਂ ਦਲੇਰੋਂ। ਹਾਂ ਆ ਦੇਖ ਲੋ ਕਿਧਰੋਂ ਕਿਧਰੋਂ ਹੋ ਰਿਹਾ। ਹਾਂ ਮੈਂ ਕਹਿ ਰਿਹਾ ਇਹ ਤਾਂ ਸਾਰਾ ਗਾਣ ਚੀਜ਼ ਹੈ। ਇਹਦੇ ਮਤਲਬ ਇਸ ਤਰ੍ਹਾਂ ਦਾ ਕੁਝ ਕੀਤਾ ਨਹੀਂ ਨਾ ਕਿਸੇ ਨੇ? ਨਾ ਇਹ ਆਪਣੇ ਆਪਣੇ ਇੰਡੀਆ ਚ ਪਹਿਲਾ ਹੈ। ਜੇ ਮੀਂਹ ਪਾਣੀ ਫਿਰ ਉਹ ਪੈਂਦਾ ਸਾਰਾ ਕੁਝ? ਸਾਡੇ ਜਿਹੜੇ ਜੈਕਟਾਂ ਹੈਗੀਆਂ ਆਲ ਸੀਜ਼ਨ ਆ। ਹਾਂ जिथे रुकना रात उथे टेंट टूंट ला लेना जां मतलब होटल होटल कर लेना? होटल कले बर्मा रोड पैंदी है म्यांमार च, तो उथे कोई मिलिट्री राज है ते उथे बाहर अलाउ नहीं करदे ओह, ते बाकी सारे टेंट लाउ जिथे रात पैंदी उथे लाउ लेना। क्या हो आ हुण भी नागालैंड आ ही करांगे। नागालैंड किन्नी दूर आ? नागालैंड इत्थों हैगा 2700 किलोमीटर। अच्छा जी, किन्ने चार दिन पाउंदे ਪਹੁੰਚਣ ਦੇ? 5 ਦਿਨ ਲੱਗਣਗੇ, 5 ਦਿਨ ਪਹੁੰਚਣਗੇ। ਇੱਕ ਦਿਨ 'ਚ ਕਿੰਨੇ ਡਰਾਈਵ ਕਰਦੇ ਸੀ, ਕਿੰਨੇ ਘੰਟੇ ਮਾਰਦੇ? ਘੰਟੇ ਦਾ ਇਹ ਸੀ ਮਤਲਬ ਜਿਵੇਂ ਜਿਹੜਾ ਪਹਾੜੀ ਹੈ ਉੱਥੇ ਜ਼ਿਆਦਾ ਹੋ ਜਾਂਦਾ ਸੀਗਾ, ਮਤਲਬ 12-12 ਘੰਟੇ ਵੀ ਕੀਤੀ ਹੈ। ਹੁਣ ਜਿਵੇਂ ਫਾਰ ਐਗਜ਼ਾਮਪਲ ਉੱਥੇ ਸਭ ਤੋਂ ਜ਼ਿਆਦਾ ਜਿਹੜੀ ਕੀਤੀ ਸੀਗੀ ਉਹ ਅਸੀਂ ਚੱਲੇ ਸੀਗੇ ਗੋਰਖਪੁਰ ਤੋਂ। ਗੋਰਖਪੁਰ ਤੋਂ ਚੱਲ ਕੇ ਰੁਕੇ ਸੀਗੇ, ਮਤਲਬ ਯੂਪੀ ਤੋਂ ਚੱਲੇ ਸੀ ਤੇ ਸਾਨੂੰ ਕਿਹਾ ਗਿਆ ਸੀ ਵੀ ਤੁਸੀਂ ਬਿਹਾਰ ਨਾਲ ਬਿਹਾਰ 'ਚ ਰਹਿਣਾ, ਉੱਥੇ ਮਾਹੌਲ ਖਰਾਬ ਹੈ, ਗੁੰਡਾਗਰਦੀ ਜ਼ਿਆਦਾ ਆ, ਗੋਰਖਪੁਰ ਜ਼ਿਆਦਾ। ਤਾਂ ਸਾਰਾ ਯੂਪੀ ਤੋਂ ਚੱਲੇ, ਸਾਰਾ ਬਿਹਾਰ ਕ੍ਰੋਸ ਕੀਤਾ, ਫਿਰ ਗਾਂ ਸਿਲੀਗੁੜੀ ਜਾ ਕੇ ਪਹੁੰਚੇ ਵੈਸਟ ਬੰਗਾਲ, ਉੱਥੇ ਰਾਤ ਰਹੇ। 766 ਕਿਲੋਮੀਟਰ ਕੀਤਾ ਇੱਕ ਦਿਨ ਦੇ ਵਿੱਚ। ਉਹ ਫਿਰ ਤੁਹਾਡੇ ਛੇਤੀ ਕਵਰ ਹੋ ਗਿਆ। ਹਾਂ ਗੋਰਖਪੁਰ ਤੋਂ ਚੱਲ ਕੇ ਰੁਕੇ ਸੀਗੇ, ਮਤਲਬ ਯੂਪੀ ਤੋਂ ਚੱਲੇ ਸੀ ਤੇ ਸਾਨੂੰ ਕਿਹਾ ਗਿਆ ਸੀ ਵੀ ਤੁਸੀਂ ਬਿਹਾਰ ਨਾਲ ਬਿਹਾਰ 'ਚ ਰਹਿਣਾ, ਉੱਥੇ ਮਾਹੌਲ ਖਰਾਬ ਹੈ, ਗੁੰਡਾਗਰਦੀ ਜ਼ਿਆਦਾ ਆ, ਗੋਰਖਪੁਰ ਜ਼ਿਆਦਾ। ਤਾਂ ਸਾਰਾ ਯੂਪੀ ਤੋਂ ਚੱਲੇ, ਸਾਰਾ ਬਿਹਾਰ ਕ੍ਰੋਸ ਕੀਤਾ, ਫਿਰ ਗਾਂ ਸਿਲੀਗੁੜੀ ਜਾ ਕੇ ਪਹੁੰਚੇ ਵੈਸਟ ਬੰਗਾਲ, ਉੱਥੇ ਰਾਤ ਰਹੇ। 766 ਕਿਲੋਮੀਟਰ ਕੀਤਾ ਇੱਕ ਦਿਨ ਦੇ ਵਿੱਚ। ਉਹ ਫਿਰ ਤੁਹਾਡੇ ਛੇਤੀ ਕਵਰ ਹੋ ਗਿਆ। ਹਾਂ ਉਹ ਦੱਬੀ ਤੁਰੇ ਗਏ, ਮਤਲਬ ਇਹ ਕੀ ਹੈ ਕਿ ਸਵੇਰੇ 6 ਵਜੇ ਚੱਲੇ ਸੀ ਅਤੇ ਰਾਤ ਨੂੰ 11 ਵਜੇ ਪਹੁੰਚੇ, ਉਹ ਸਭ ਤੋਂ ਜ਼ਿਆਦਾ ਕੀਤਾ। ਸਵੇਰੇ 6 ਵਜੇ ਰਾਤ ਨੂੰ ਰਾਤ ਹੀ 11 ਵਜੇ ਰੁਕੇ ਰਹਿ ਗਏ ਨਹੀਂ ਕਿਤੇ? ਨਾ ਅਸੀਂ ਜਿੱਥੋਂ ਚੱਲੇ ਸੀ ਉੱਥੋਂ ਪਰੌਂਠੇ ਬਣਾ ਲਏ ਸੀਗੇ ਅਤੇ ਇੱਕ ਜਣੇ ਨੂੰ ਅੱਗੇ ਭੇਜਦੇ ਵੀ ਤੂੰ ਚਾਹ ਤਰਾ, ਅਤੇ ਉਹ ਜਾ ਕੇ ਢਾਬੇ 'ਤੇ ਚਾਹ ਤਰਾ ਲੈਂਦਾ, ਮੋਟਰਸਾਈਕਲ 'ਤੇ ਬੈਠੇ ਬਿਠਾਈ ਪਰੌਂਠਾ ਕੱਢਦੇ, ਮੋਟਰਸਾਈਕਲ ਬੈਠੇ ਬੈਠੇ ਚਾਹ ਪੀ ਕੇ ਦਿੱਤੇ। ਆਉਂਦੇ ਹੋਏ ਵੀ ਫਿਰ ਉੱਥੇ ਉੱਤੇ ਕੀਤਾ ਆਪਣੇ ਬੋਡੀ ਨੂੰ ਵੀ ਬਹੁਤ ਪ੍ਰੈਸ਼ਰ ਚਾਹੀਦੀ ਹੈ ਇੰਨਾ ਸਫ਼ਰ ਕਰਨ ਲਈ, ਤਾਂ ਹੀ ਵੇਟ ਤਾਂ ਹੀ ਟੁੱਟਿਆ ਸਰ। 20 ਕਿਲੋ ਘਟਾਇਆ ਨਾ ਉਸੇ 'ਚ ਜਾਣਾ ਜਾਣ ਦੇ 45 ਦਿਨ 'ਚ। ਥਾਈਲੈਂਡ 'ਚ ਹੋ ਕੇ ਗਏ ਸੀਗੇ? ਹੈਂ ਥਾਈਲੈਂਡ 'ਚ ਹੋ ਕੇ ਗਏ ਸੀ। ਇੱਥੋਂ ਪਹਿਲਾਂ ਨੇਪਾਲ, ਫਿਰ ਮਿਆਂਮਾਰ, ਫਿਰ ਥਾਈਲੈਂਡ, ਫਿਰ ਮਲੇਸ਼ੀਆ, ਫਿਰ ਸਿੰਗਾਪੁਰ। ਇਹਦੀ ਵੀਡੀਓਗ੍ਰਾਫੀ ਨਹੀਂ ਕੋਈ ਕੀਤੀ ਜੀ? ਉਹ ਹੁਣ ਕਰ ਰਹੇ ਹਾਂ ਹਲੇ, ਉਹ ਐਡੀਟਿੰਗ ਦੇ ਵੀ ਚੱਲੀ ਜਾਂਦਾ ਬੜੇ ਜ਼ਿਆਦਾ ਜੀ। ਉਹ ਵੈਬ ਸੀਰੀਜ਼ ਦਾ ਪਲਾਨ ਕਰਦੇ ਨੇ, ਇਸ ਤੇ ਵਧੀਆ ਲੱਗ ਰਿਹਾ ਕੰਟੈਂਟ ਪਾਉਂਗਾ ਇਹਦਾ। ਕੀ ਬਾਤ ਹੈ, ਹਨੀ ਬਹੁਤ ਵਧੀਆ। ਆਲੂ ਰੱਖੋ, ਮੈਂ ਬਾਅਦ ਵਿੱਚ ਪੜੂੰਗਾ। ਵੀਰੇ ਰੱਖ ਦਿਓ, ਪੜੂੰਗਾ। ਹਾਂਜੀ ਹੁਣ ਦੱਸੋ। ਹਾਂਜੀ ਕਰੋ।